ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਕਸ਼ਪੰਦਰ ਸ਼ੇਰ ਗੱਲ ਤੁਸੀਂ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਜੁੜਿਓ ਹਰਿਆਣਾ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਰਿਆਣਾ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਕਿਆਂ ਸਰਾਈਆਂ ਸੀ ਪਿਛਲੇ ਦਿਨਾਂ ਤੋਂ ਕਿ ਜੀ ਜੀ ਪੀ ਅਤੇ ਬੀ ਜੀ ਪੀ ਦਾ ਗਠਜੋੜ ਟੁੱਟ ਸਕਦਾ ਉਹਨਾਂ ਕਿਆਂ ਸਰਾਈਆਂ ਉੱਤੇ ਮੋਹਰ ਲੱਗ ਗਈ ਆ ਹੁਣ ਪੂਰੀ ਕੈਬਨਿਟ ਤੇ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਖਾਸ ਗੱਲ ਇਹ ਆ ਕਿ ਇਹ ਅਸਤੀਫਾ ਵੀ ਰਾਜਪਾਲ ਵੱਲੋਂ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਮਨੋਰ ਲਾਲ ਖੱਟੜ ਹੀ ਦੁਬਾਰਾ ਮੁੱਖ ਮੰਤਰੀ ਬਣ ਗਏ ਜਾਂ ਕੁਝ ਹੋਰ ਚਿਹਰੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਨਾਇਬ ਸਿੰਘ ਸੈਣੀ ਦਾ ਨਾਂ ਸਭ ਤੋਂ ਮੂਰੇ ਚੱਲ ਰਿਹਾ ਤੇ ਦੂਜੇ ਪਾਸੇ ਸੰਜੇ ਪਾਟਿਆ ਵੀ ਮੰਨੇ ਜਾ ਰਹੇ ਨੇ ਕਿ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋ ਸਕਦੇ ਨੇ ਜ਼ਿਕਰਯੋਗ ਹੈ ਕਿ ਇਹ ਲੋਕ ਸਭਾ ਸੀਟਾਂ ਪਰਸ਼ੇਤਰ ਅਤੇ ਕਰਨਾਲ ਦੇ ਨਾਲ ਦੋਵੇਂ ਆਗੂ ਸਬੰਧਤ ਨੇਤੇ ਨਾਇਬ ਸੈਣੀ ਹਰਿਆਣਾ ਬੀਜਪੀ ਦੇ ਪ੍ਰਧਾਨ ਵੀ ਨੇ ਪਰ ਹੁਣ ਪੂਰੀ ਕੈਬਨਿਟ ਅਤੇ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਰਾਜਪਾਲ ਨੇ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਤੇ ਹੁਣ ਤੋਕੋ ਸਮੇਂ ਬਾਅਦ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਫੈਸਲਾ ਹੋਣਾ ਹੈ ਕਿ ਦੁਬਾਰਾ ਮਨੋਰ ਲਾਲ ਖੱਟੜ ਹੀ ਮੁੱਖ ਮੰਤਰੀ ਬਣਗੇ ਜਾਂ ਫਿਰ ਨਾਇਬ ਸਿੰਘ ਸੈਣੀ ਜਾਂ ਫਿਰ ਹੋਰ ਕਿਸੇ ਨਾਂ ਦੇ ਉੱਤੇ ਮੋਹਰ ਲੱਗੇਗੀ ਪਰ ਇਹ ਕਿਆਸਰਾਈਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਕਿ ਜੀ ਜੀ ਪੀ ਅਤੇ ਬੀਜਪੀ ਦਾ ਗਠਜੋੜ ਟੁੱਟ ਸਕਦਾ ਉਸ ਉੱਤੇ ਹੁਣ ਮੋਹਰ ਲੱਗ ਗਈ ਹੈ ਤੇ ਇਹ ਗਠਜੋੜ ਟੁੱਟ ਸਕਦਾ ਜ਼ਿਕਰਯੋਗ ਹੈ ਕਿ 2019 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹਰਿਆਣਾ ਦੇ ਵਿੱਚ ਹੋਈਆਂ ਸੀ ਉਸ ਦੇ ਵਿੱਚ ਬੀਜਪੀ ਨੇ 40 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਤੇ ਪਹਿਲੀ ਵਾਰ ਇਲੈਕਸ਼ਨ ਲੜਨ ਵਾਲੀ ਜਜਪੀ 10 ਸੀਟਾਂ ਤੇ ਜੇਤੂ ਰਹੀ ਤੇ ਦੂਜੇ ਪਾਸੇ ਸੱਤ ਵਿਧਾਇਕ ਨੇ ਜਿਹੜੇ ਉਹ ਆਜ਼ਾਦ ਤੌਰ ਤੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਜਜਪੀ ਪਾਰਟੀ ਉਹ ਹੈ ਜਿਹੜੀ ਕਿ ਅਨੈਲੇ ਤੋਂ ਵਿੱਚੋਂ ਨਿਕਲ ਕੇ ਹੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ 2019 ਦੇ ਵਿੱਚ ਤੇ ਦੁਸ਼ੰਤ ਚਟਾਲਾ ਦੀ ਅਗਵਾਈ ਦੇ ਵਿੱਚ ਇਹ ਇਲੈਕਸ਼ਨ ਲੜਿਆ ਗਿਆ ਜਿਸ ਦੇ ਵਿੱਚ ਉਹ ਕਰੀਬ 10 ਸੀਟਾਂ ਤੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਜਦ ਸਰਕਾਰ ਬੰਡੀ ਸੀ ਤਾਂ ਉਸ ਵੇਲੇ ਵੱਡਾ ਬਵਾਲ ਹੋਇਆ ਸੀ ਤੇ ਜਿਹੜੇ ਹੁੱਡਾ ਸਾਹਿਬ ਨੇ ਉਹਨਾਂ ਦੇ ਬਿਆਨ ਆ ਰਹੇ ਸੀ ਕਿ ਉਹਨਾਂ ਨੇ ਵੀ ਆਫਰ ਦਿੱਤਾ ਸੀ ਦੁਸ਼ੰਤ ਚਟਾਲਾ ਨੂੰ ਡਿਪਟੀ ਸੀਐਮ ਦਾ ਪਰ ਅਚਾਨਕ ਅਮਿਸ਼ਾ ਉਹਨਾਂ ਦਾ ਇੱਕ ਬਿਆਨ ਆਉਂਦਾ ਜਿਸ ਨੇ ਸਾਰੀ ਬਾਜ਼ੀ ਹੈ ਜਿਹੜੀ ਉਹ ਪਲਟ ਦਿੱਤੀ ਸੀ ਤੇ ਹਰਿਆਣਾ ਦੇ ਵਿੱਚ ਦੂਜੀ ਵਾਰ 2014 ਤੋਂ ਬਾਅਦ 2019 ਦੇ ਵਿੱਚ ਲਗਾਤਾਰ ਜਿਹੜੀ ਸਰਕਾਰ ਹੈ ਜਿਹੜੀ ਉਹ ਬਣਾਉਣ ਦੇ ਵਿੱਚ ਬੀਜੇਪੀ ਕਾਮਯਾਬ ਰਹੀ ਸੀ ਤੇ ਪਰ ਹੁਣ ਇਹ ਮੰਨਿਆ ਜਾ ਰਿਹਾ ਸੀ ਕਿ ਗਠਜੋੜ ਕਿਸੇ ਵੀ ਵੇਲੇ ਟੁੱਟ ਸਕਦਾ ਹੈ ਤੇ ਹੁਣ ਇਹ ਗਠਜੋੜ ਟੁੱਟ ਗਿਆ ਤੇ ਮਨੋਰ ਲਾਲ ਖੱਟੜ ਸਮੇਤ ਪੂਰੀ ਕੈਬਨਿਟ ਨੇ ਅਸਤੀਫਾ ਦਿੱਤਾ ਤੇ ਇਹ ਅਸਤੀਫਾ ਰਾਜਪਾਲ ਨੇ ਮਨਜ਼ੂਰ ਕਰ ਲਿਆ ਤੇ ਮੁੱਖ ਮੰਤਰੀ ਦੇ ਤੌਰ ਤੇ ਦੁਬਾਰਾ ਇਹ ਮੰਨਿਆ ਜਾ ਰਿਹਾ ਹੈ ਕਿ सीएम मनोहरलाल खट्टर बन ਸਕਦੇ ਨੇ ਨਯাব ਸਿੰਘ ਸੈਣੀ ਦਾ ਨਾਮ ਵੀ ਹੈ ਤੇ ਸੰਜੇ ਸਿੰਘ 파ਟੀ ਆ ਅਕਸਰ ਹੀ ਜਿੱਥੇ ਵੀ ਬੀਜਪੀ ਦੀ ਸਰਕਾਰ ਹੁੰਦੀ ਹੈ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਨਿਕਲਦੀਆਂ ਰਹਿੰਦੀਆਂ ਨੇ ਕਿ ਇਹ ਕਦੇ ਸਰਕਾਰ ਡਿੱਗ ਜਾਂਦੀ ਹੈ ਤੇ ਕਦੇ ਸਰਕਾਰ ਬਣ ਜਾਂਦੀ ਹੈ ਤੇ ਹਰਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਪਿੱਛੇ ਦਾ ਕਾਰਨ ਜੇਕਰ ਦੱਸਿਆ ਜਾਵੇ ਤੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜੀਜੀਪੀ ਨੇ ਲੋਕ ਸਭਾ ਦੇ ਵਿੱਚ ਬੀਜੇਪੀ ਤੋਂ ਵੱਧ ਸੀਟਾਂ ਦੀ ਮੰਗ ਕੀਤੀ ਸੀ ਤੇ ਉਸ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਤੇ ਹੁਣ ਜਜਪੀ ਅਤੇ ਬੀਜੇਪੀ ਦਾ ਗੜਜੋੜ ਟੁੱਟ ਸਕ ਟੁੱਟ ਚੁੱਕਿਆ ਤੇ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਤੇ ਡਿਪਟੀ ਸੀਐਮ ਦੁਸ਼ੰਤ ਚੋਟਾਲਾ ਸੀ ਤੇ ਮਨੋਰ ਲਾਲ ਖੱਟੜ ਬਤੌਰ ਮੁੱਖ ਮੰਤਰੀ ਕਾਰਸ਼ੀਲ ਸੀ ਪਰ ਹੁਣ ਜਿਹੜੀ ਅਪਡੇਟ ਆ ਰਹੀ ਹੈ ਕਿ ਪੂਰੀ ਕੈਬਨਿਟ ਸਮੇਤ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਤੇ ਅਸਤੀਫੇ ਤੋਂ ਬਾਅਦ ਰਾਜਪਾਲ ਨੇ ਮਨਜ਼ੂਰ ਵੀ ਕਰ ਲਿਆ ਤੇ ਦੋ ਵੱਡੇ ਚਿਹਰੇ ਹਰਿਆਣਾ ਦੀ ਸਿਆਸਤ ਦੇ ਨਾਲ ਨੈਪ ਸਿੰਘ ਸੈਣੀ ਜੋ ਕਿ हरियाणा बीजेपी ਦੇ ਪ੍ਰਧਾਨ ਵੀ ਨੇ ਤੇ ਸੰਸਦ ਮੈਂਬਰ ਵੀ ਨੇ ਤੇ ਦੂਜੇ ਪਾਸੇ ਸੰਜੇ ਪਾਰਟੀਆ ਦਾ ਨਾਂ ਵੀ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਸਾਹਮਣੇ ਆ ਰਿਹਾ ਪਰ ਸਭ ਤੋਂ ਵੱਡਾ ਚਿਹਰਾ ਹਰਿਆਣਾ ਦੀ ਸਿਆਸਤ ਦੇ ਵਿੱਚ ਮਨੋਰ ਲਾਲ ਖੱਟਨ ਨੂੰ ਮੰਨਿਆ ਜਾਂਦਾ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਕਾਂਗਰਸ ਵੀ ਆਪਣਾ ਦਾਪੇਚ ਜ਼ਰੂਰ ਲਾਵੇਗੀ ਜਿਹੜੀ ਕਾਂਗਰਸ ਪਾਰਟੀ ਆ ਉਸ ਨੇ ਵੀ ਆਪਣੀ ਮੀਟਿੰਗ ਸੱਦ ਲਈ ਆ ਤੇ ਹੋ ਸਕਦਾ ਕਿ ਉਹ ਵੀ ਸਰਕਾਰ ਬਣਾਉਣ ਦੇ ਵਿੱਚ ਦਾਪੇਚ ਲਾਵੇ ਕਿਉਂਕਿ 31 ਸੀਟਾਂ ਕਾਂਗਰਸ ਦੇ ਕੋਲ ਵੀ ਨੇ ਜੇਕਰ ਉਨ੍ਹਾਂ ਦੇ ਨਾਲ ਆਜ਼ਾਦ ਵਿਧਾਇਕ ਤੇ ਜੀ ਜੀ ਪੀ ਗਠਜੋੜ ਕਰਦੀ ਹੈ ਤਾਂ ਪੋਸਿਬਿਲਿਟੀਜ਼ ਹੈ ਨੇ ਕਿ ਉੱਥੇ ਕਾਂਗਰਸ ਦੀ ਵੀ ਸਰਕਾਰ ਬਣ ਸਕਦੀ ਹੈ ਪਰ ਇਹਨਾਂ ਸੰਭਾਵਨਾਤੇ ਰੋਕ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਬੀ ਜੀ ਪੀ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੇਗੀ ਤੇ ਹੋ ਸਕਦਾ ਹੈ ਕਿ ਮਨੋਰ ਲਾਲ ਖੱਟੜ ਨੂੰ ਦੁਬਾਰਾ ਤੋਂ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਜ਼ਿਕਰਯੋਗ ਹੈ ਕਿ 2014 ਤੇ 2019 ਦੇ ਵਿੱਚ ਲਗਾਤਾਰ ਦੋ ਵਾਰ ਮਨੋਰ ਲਾਲ ਖੱਟੜ ਬੀ ਜੀ ਪੀ ਵੱਲੋਂ ਮੁੱਖ ਮੰਤਰੀ ਰਹੇ ਪਰ ਪਿਛਲੀ ਵਾਰ ਦੇ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਨਤੀਜੇ ਦੇਖਣ ਨੂੰ ਮਿਲੇ ਸੀ ਉਹ ਉਮੀਦ ਮੁਤਾਬਕ ਨਹੀਂ ਸੀ ਜਿੱਥੇ ਭਾਜਪਾ ਵੱਧ ਸੀਟਾਂ ਦੀ ਗੱਲ ਕਰ ਰਹੀ ਸੀ ਸਿਰਫ 40 ਸੀਟਾਂ ਨੇ ਜਿਹੜੀਆਂ 90 ਦੇ ਵਿੱਚੋਂ ਭਾਜਪਾ ਨੂੰ ਮਿਲੀਆਂ ਸੀ ਤੇ ਪਹਿਲੀ ਵਾਰ ਇਲੈਕਸ਼ਨ ਲੜਨ ਵਾਲੀ ਅਨੈਲੋ ਹੈ ਜਿਹੜੀ ਉਹ 10 ਸੀਟਾਂ ਤੇ ਆ ਖੜੀ ਹੋਈ ਸੀ ਤੇ ਦੂਜੇ ਪਾਸੇ ਆਜ਼ਾਦ ਵਿਧਾਇਕ ਨੇ ਜਿਹੜੇ ਉਹ ਵੀ 7 ਜਤਨ ਦੇ ਵਿੱਚ ਕਾਮਯਾਬ ਰਹੇ ਸੀ ਤੇ ਜੀ ਜੀ ਪੀ ਦੇ ਨਾਲ ਗਠਜੋੜ ਕਰਕੇ ਭਾਜਪਾ ਨੇ ਸਰਕਾਰ ਬਣਾਈ ਸੀ ਤੇ ਹੁਣ ਪਿਛਲੇ ਦਿਨਾਂ ਤੋਂ ਲਗਾਤਾਰ ਕਿਆ ਸਰਾਈਆਂ ਸੀ ਕਿ ਇਹ ਗਠਜੋੜ ਟੁੱਟ ਸਕਦਾ ਏ ਇਸ ਉੱਤੇ ਹੁਣ ਮੋਹਰ ਲੱਗੀ ਆ ਤੇ ਹੁਣ ਤੋਂ ਕੁ ਸਮਾਂ ਬਾਅਦ ਪਤਾ ਚੱਲ ਜਾਵੇਗਾ ਕਿ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਕੌਣ ਹੋਣ ਵਾਲਾ ਜਾਂ ਇੱਕ ਵਾਰ ਫਿਰ ਤੋਂ ਮਨੋਰ ਲਾਲ ਖੱਟੜ ਤੇ ਹੀ ਯਕੀਨ ਕੀਤਾ ਜਾਂਦਾ ਹੈ